ਕਿਸੇ ਨਾਲ ਮੱਥਾ ਨਹੀਂ ਸੀ ਖਪਾਉਣਾ ਪੈਂਦਾ ਚੰਗਾ ਸਿਖਾਉਣ ਲਈ। ਜੇ ਕਿਸੇ ਗਰੀਬ ਮੰਗਤੇ ਨੇ ਰੋਟੀ ਲੈਣ ਆ ਜਾਣਾ ਤਾਂ ਪਹਿਲਾਂ ਇਹ ਗੱਲ ਸੁਣਨੀ, ਕੁੜੇ ਵਿਚਾਰੇ ਨੂੰ ਰੋਟੀ ਫੜਾਓ, ਪੁੰਨ ਲੱਗੂਗਾ, ਬੰਦਾ ਸੀਸਾਂ ਦਾ ਖੱਟਿਆ ਖਾਂਦਾ। ਹਰੇਕ ਘਰ ਵਿੱਚ ਕੁੱਤਾ, ਬਿੱਲੀਆਂ, ਚਿੜੀਆਂ, ਪਾਲਤੂ ਪੰਛੀ, ਜਾਨਵਰ ਆਮ ਸਨ। ਬਿੱਲੀ ਦੇ ਬਲੂੰਗੜਿਆਂ ਨੂੰ ਕਦੇ ਦਾਦੀ ਕੌਲੀ ਵਿੱਚ ਦੁੱਧ ਪਾ ਕੇ ਧਰਦੀ ਨਜ਼ਰ ਆਉਂਦੀ, ਕਦੇ ਬਿੱਲੀ ਦੇ ਬਲੂੰਦਰੇ ਪੰਛੀ ਸਹਿਕਦੇ ਹੋਏ ਸਵਾਤਾਂ ਵਿੱਚੋਂ ਲੱਭ ਜਾਂਦੇ ਤਾਂ ਦਾਦੀਆਂ ਮਾਵਾਂ ਹਲਦੀ ਅਤੇ ਸਰੋਂ ਦਾ ਤੇਲ ਲਗਾਉਂਦੀਆਂ ਫਿਰਦੀਆਂ, ਨਾਲੇ ਕਹਿੰਦੀਆਂ, ਵਾਖਰੂ ਇਹਨਾਂ ਦੇ ਕਿਹੜਾ ਮਾਂ ਨੇ ਪੱਟੀ ਕਰ ਦੇਣੀ ਹੈ, ਵਿਚਾਰੇ ਪੀੜ ਨਾਲ ਮਰਦੇ ਹੋਣੇ ਆ ਰੱਬ ਦੇ ਜੀ, ਜੀ ਦਇਆ ਪ੍ਰਵਾਨ ਹੋਣੀ ਹੈ ਅੰਤ, ਕਹਿ ਕੇ ਟੋਕਰੇ ਹੇਠ ਤਾੜ ਦੇਣਾ ਅਤੇ ਨਾਲੇ ਚੋਗ ਅਤੇ ਪਾਣੀ ਰੱਖ ਦੇਣਾ। ਇੱਕ ਤੰਦੂਰ 'ਤੇ ਕਈ ਘਰਾਂ ਦੀਆਂ ਰੋਟੀਆਂ ਦਾ ਪੱਕਣਾ ਆਮ ਜਿਹੀ ਗੱਲ ਸੀ, ਨਾ ਬਾਲਣ ਦਾ ਹਿਸਾਬ ਕਰਨਾ ਅਤੇ ਨਾ ਕਿਹਨੇ ਕਿਹਦੀਆਂ ਪਕਾ ਦਿੱਤੀਆਂ ਇਹ ਸੋਚਣਾ। ਦੁਆਲੇ ਫਿਰਦੇ ਜਵਾਕਾਂ ਨੇ ਆਂਢ ਗੁਆਂਢ ਨਾਲ ਸਬਜ਼ੀ ਵਟਾ ਕੇ ਰੋਟੀ ਖਾ ਲੈਣੀ, ਘਰ ਵਿੱਚ ਆਈ ਥੋੜ੍ਹੀ ਵੀ ਚੀਜ਼ ਸਾਰਿਆਂ ਵਿੱਚ ਬਰਾਬਰ ਵੰਡ ਕੇ ਖਾਣੀ, ਜਿਹੜੀ ਬੱਚਿਆਂ ਨੂੰ ਸਿਦਕਫਾਨ ਬਣਾਉਂਦੀ ਸੀ ਅਤੇ ਥੋੜ੍ਹੀ ਚੀਜ਼ ਵੀ ਸਬਰ ਪ੍ਰਦਾਨ ਕਰਦੀ ਸੀ। ਅੱਜ ਕੱਲ੍ਹ ਹਰ ਘਰ ਵਿੱਚ ਖਾਣ ਵਾਲੇ ਬੇਸ਼ੁਮਾਰ ਪਦਾਰਥ ਨੀਤਾਂ ਭੁੱਖੀਆਂ ਦੀ ਬਾਤ ਪਾਉਂਦੇ ਨੇ, ਕਿਉਂਕਿ ਘਰ ਵਿੱਚ ਬੈਠੇ ਬਜ਼ੁਰਗਾਂ ਤੋਂ ਉਹਲੇ ਕੀਤੇ ਜਾਂਦੇ ਨੇ। ਅਨਪੜ੍ਹ ਹੋਣ ਦੇ ਬਾਵਜੂਦ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝਦੇ ਸਨ ਅਤੇ ਹਮਦਰਦੀ ਭਰੇ ਲਹਿਜ਼ੇ ਨਾਲ ਹਮੇਸ਼ਾ ਵਿਚਰਦੇ। ਪਿੰਡ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਹੋਣਾ ਤਾਂ ਸਭ ਨੇ ਆਪੋ ਆਪਣੇ ਘਰੋਂ ਸੂਟ ਬਿਸਤਰਾ ਦੇ ਕੇ ਆਉਣਾ ਅਤੇ ਕਹਿਣਾ, ਧੀ ਧਿਆਣੀ ਹੈ, ਪੁੰਨ ਲੱਗੂਗਾ। ਜੇ ਕਿਸੇ ਦੇ ਘਰ ਵਿੱਚ ਦੁੱਧ ਨਾ ਹੋਣਾ ਤਾਂ ਜਿੰਨਾ ਚਿਰ ਅਗਲੇ ਦੇ ਘਰ ਲਵੇਰਾ ਨਾ ਹੋ ਜਾਣਾ ਫ੍ਰੀ ਦੁੱਧ ਦੇਣਾ ਅਤੇ ਕਹਿਣਾ, ਵੰਡ ਕੇ ਖਾਣਾ ਚਾਹੀਦਾ, ਨੀਤ ਤਾਂ ਰੱਜਣੀ ਨਹੀਂ, ਰੱਬ ਦੀ ਡੈਰੀ 'ਚ ਤਾਂ ਹਿਸਾਬ ਹੋਊਗਾ ਹੀ ਚੰਗੇ ਕੰਮਾਂ ਦਾ। ਲੋੜਵੰਦ ਬਜ਼ੁਰਗ ਦੇ ਘਰ ਰੱਬ ਤਰਸੀ ਕਰ ਦੋ ਵੇਲੇ ਰੋਟੀ ਭੇਜਣੀ ਅਤੇ ਕਹਿਣਾ, ਕੀ ਪਤਾ ਰੱਬ ਕਿਹਦੇ ਭਾਗਾਂ ਦਾ ਦਿੰਦਾ ਹੈ, ਦਾਣੇ ਦਾਣੇ 'ਤੇ ਮੋਹਰ ਹੁੰਦੀ ਹੈ, ਅਸੀਂ ਕੌਣ ਆ ਇਹਨਾਂ ਨੂੰ ਖਵਾਉਣ ਵਾਲੇ, ਇਹ ਤਾਂ ਆਪਦੇ ਭਾਗਾਂ ਦਾ ਖਾਂਦੇ ਹੈ। ਅੱਜ ਵਾਂਗ ਮੈਂ ਨਹੀਂ ਸੀ ਹੁੰਦੀ, ਪੰਛੀਆਂ ਨੂੰ ਚੋਗ ਖਿਲਾਰਨਾ, ਕੀੜਿਆਂ ਦੇ ਭੌਣ 'ਤੇ ਸਤਨਾਜਾ ਪਾਉਣਾ ਅਤੇ ਆਖਣਾ, ਇਹਨਾਂ ਦੇ ਭਾਗਾਂ ਦਾ ਵੀ ਤਾਂ ਰਿਜ਼ਕ ਰੱਬ ਖੇਤਾਂ 'ਚ ਹੀ ਉਗਾਉਂਦਾ, ਅਸੀਂ ਇਹਨਾਂ ਦਾ ਕਿਉਂ ਖਾਈਏ, ਬੇਜ਼ੁਬਾਨਿਆਂ ਦਾ ਖਾ ਕੇ ਕਿੱਥੇ ਲੇਖਾ ਦੇਣਾ। ਉਦੋਂ ਮੰਦਰਾਂ ਗੁਰਦੁਆਰਿਆਂ ਵਿੱਚ ਸਿੱਖਿਆ ਉਪਦੇਸ਼ਕ ਕਥਾਵਾਂ ਨਹੀਂ ਸੀ ਹੁੰਦੀਆਂ, ਨਾ ਹੀ ਪ੍ਰਚਾਰ ਕੀਤਾ ਜਾਂਦਾ ਸੀ, ਪਰ ਅਨਪੜ੍ਹ ਹੋਣ ਦੇ ਨਾਤੇ ਵੀ ਇਨਸਾਨੀਅਤ ਦੇ ਬੀਜ ਘਰ ਘਰ ਬੀਜੇ ਜਾਂਦੇ ਸਨ ਅਤੇ ਇਨਸਾਨੀਅਤ ਵੰਡੀ ਜਾਂਦੀ ਸੀ। ਹਰ ਘਰ ਦਾ ਵਿਹਾਰ ਇਸ ਤਰ੍ਹਾਂ ਦਾ ਹੁੰਦਾ ਸੀ, ਰੱਬ ਨੂੰ ਹਰ ਸ਼ਹਿਰ ਵਿੱਚ ਮੌਜੂਦ ਅਤੇ ਅੰਗ ਸੰਗ ਸਮਝਿਆ ਜਾਂਦਾ ਸੀ, ਹਰ ਕਦਮ ਰੱਬ ਦੇ ਖੌਫ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾਂਦਾ ਸੀ। ਕੀ ਮਜਾਲ ਹੁੰਦੀ ਸੀ ਘਰ ਦਾ ਕੋਈ ਮੈਂਬਰ ਨਾ ਨੁੱਕਰ ਕਰਦਾ ਕਿਸੇ ਗੱਲ ਨੂੰ ਲੈ ਕੇ। ਇੱਕ ਵਾਰ ਮੇਰੇ ਤਾਏ ਨੇ ਬੁੱਢੀ ਮੱਝ ਜੋ ਦੁੱਧ ਲਈ ਸੀ ਦਿੰਦੀ, ਕੱਟਿਆਂ ਵਾਲਿਆਂ ਨੂੰ ਵੇਚ ਦਿੱਤੀ। ਜਿਉਂ ਹੀ ਦਾਦੀ ਨੂੰ ਪਤਾ ਲੱਗਿਆ ਤਾਂ ਤਾਏ ਨੂੰ ਮੰਦਾ ਬੋਲਣ ਲੱਗੀ, ਸ਼ਰਮ ਹਯਾ ਨੂੰ ਹੱਥ ਮਾਰ, ਪੁੱਤ ਦੁੱਧ ਪੀ ਕੇ ਹੁਣ ਬੁੱਢੀ ਹੋਈ ਨੂੰ ਘਰੋਂ ਕੱਢਦਾ, ਰੱਬ ਤੋਂ ਕੀ ਭਾਲਦਾ, ਹੁਣ ਕੰਮ ਦੀ ਨਹੀਂ ਰਹੀ ਤਾਂ ਘਰੋਂ ਕੱਢ ਕੇ ਨਖਾਫੜਿਆ ਬਦਸੀਸਾ ਲੈਣ ਨੂੰ, ਉੱਧਰ ਜੂ ਚੰਦਰਿਆ ਢਿੱਡ ਬਦਸੀਸਾ ਦਊ ਉਹਦਾ। ਫੇਰ ਉਸ ਮੱਝ ਨੂੰ ਇੱਕ ਸਾਲ ਘਰ ਸਾਂਭਿਆ, ਕਦੇ ਖੜੀ ਕਰਨਾ, ਕਦੇ ਧੂਣੀ ਸੁਕਾਉਣੀ ਅਤੇ ਕਦੇ ਬੈਠੀ ਨੂੰ ਮੂਹਰੇ ਪੱਠੇ ਧਰਦੇ ਅਤੇ ਕਦੇ ਚੁੱਕ ਕੇ ਅੰਦਰ ਬਾਹਰ ਕਰਦਾ। ਜਦੋਂ ਅੱਜ ਤੇ ਉਸ ਵੇਖੇ ਬੀਤੇ ਜ਼ਮਾਨੇ ਵੱਲ ਨਿਗਾਹ ਮਾਰਦੇ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ, ਅਸੀਂ ਕਿੱਥੋਂ ਚੱਲੇ ਸੀ ਅਤੇ ਵੇਖਦੇ ਵੇਖਦੇ ਕਿੱਥੇ ਪਹੁੰਚ ਗਏ ਹਾਂ। ਜ਼ਮੀਨ ਅਸਮਾਨ ਦਾ ਫਰਕ 35-40 ਸਾਲਾਂ ਦਰਮਿਆਨ ਨੈਤਿਕਤਾ ਵਿੱਚ ਪੈ ਗਿਆ, ਅਸੀਂ ਪੜ੍ਹ ਲਿਖ ਗਏ ਹਾਂ